अस्सलामुअलैकुम नाज़रीन, मैं तो मेज़बान सगर गुजर, तुम वेख रहे हो गुजर टीवी आरफ वाला। लोकेशन साड़ी आरफ वाला, जिला पाकपतन शरीफ, तहसील आरफ वाला। उम्मीद करने हैं कि हर रोज़ तरह आज भी अपने भ्राओं वास्ते एक अनमोल चीज़ की ही वीडियो लैके हाजिर हुए हैं। अनमोल दूसरे सूबे माझ, इंशाल्लाह उम्मीद बड़ी भी ये वीडियो भ्रावों पसंद आएगी। नंबर है साढ़ा 0356-72-355, यही वट्सअप नंबर, यही ईमो का नंबर है। तो माझ भ्रावों विखाने अपने कमेटी का आधार सू दसना जी, माझ की लाइव चवाई भी विखाने। हाँ जी, यह माझ है जी, है मज का बच्चा जी, है मज लियाओ जी उरे मज मोड़ के। वो पांच दिन की सूई है सी था जी। हाँ जी, बड़ी ही खूबसूरत कट्टी जी। हाँ जी, पिछले दो शाहकाली मज भाई जी, मुठ मुठ का थान डर रही है, चंगा चड्डा माज को। हाँ जी, लियाओ जी मोड़ के तरह माज, तू आप ले जा अफसल मोबाइल जा को जा बना इन ना छना छना तरह फार के दिखाओ हर हर चीज। चंगे माशाल्लाह थाबा चढ़ दे जी, बड़ा डर रही है, बड़ी खूबसूरत कट्टी जी। तो चवाई भी विखाने भ्रावों, नंबर साढ़ा 0356-72-355, यही वट्सअप नंबर, यही ईमो का नंबर। हाँ जी, पुशल मछल बाहर चुकी फिर जी, मैं छोड़ो जी बच्चा वंगा लो चुवाई करो। डरी जी माई थोड़ी जी, इन्हें बेचारे ने की नैट तो खाया। बच्चा छुट गया, वंगा लाओ जी इन लोड़ी नहीं। सुआर के पसमाले चुंगन ना दियो, अगाड़ी का दुद्ध भी पछाने बहाने जी, पछाड़ी दुद्ध भी बहाने। इंशाल्लाह लाइव च आई है, भाई जी घर की माझ हो या टीकें टूकें डाक्टर तो डरिया थोड़ा कर दिया। एक गड्डी दी बड़ा सोहना पुट्ठा है, बड़ा सोहना खुड्डा, डर है इंशाल्लाह वो रुक जाएगी डरनों में। मैं ठीक पसंद
ਭਾਂਡਾ ਕੱਢੋ ਨੇੜੇ ਅਤੇ ਚੁਆਈ ਸ਼ੁਰੂ ਕਰੋ। ਸੂਹ ਨੂੰ ਲਾਇਆ ਜੀ ਮਾਸ਼ਾਅੱਲਾ ਚੱਡਾ। ਥਾਣ ਵੀ ਮਾਸ਼ਾਅੱਲਾ ਮੋਟਾ ਵਾ। ਅਤੇ ਮੈਂ ਭਰਾਵਾਂ ਅੱਗੇ ਗੁਜ਼ਾਰਿਸ਼ ਕਰਨਾ ਕਿ ਜਦੋਂ ਵੀ ਕੋਈ ਮੱਝ ਲਵੋ ਉਹਦਾ ਥੋੜ੍ਹਾ ਜਿਹਾ ਖਿਆਲ ਅਤੇ ਅਹਤਿਆਤ ਕਿ ਉਹ ਮੱਝ ਵਾਪਸੀ ਵਾਲੀ ਤਾਂ ਨਹੀਂ। ਮਸਲਾਂ ਇੱਥੋਂ ਮੱਝਾਂ ਜਾਂਦੀਆਂ ਲਾਹੌਰ ਗੁਜਰਾਂ ਵਾਲੇ ਪਿੰਡੀ, ਉੱਥੇ ਸੂਆ ਚੁਆ ਕੇ ਆਉਂਦੀਆਂ, ਫਿਰ ਉਹ ਦੁਬਾਰਾ ਜਦੋਂ ਰਿਪੀਟ ਹੋ ਕੇ ਗੱਭਣ ਹੋ ਕੇ ਮੱਝਾਂ ਤਿਆਰ ਹੋ ਕੇ ਵਿਕਦੀਆਂ ਵਾ, ਫਿਰ ਉਹ ਮੱਝਾਂ ਦੁੱਧ ਨਹੀਂ ਕਰਦੀਆਂ। ਫਿਰ ਇਲਾਕੇ ਦੀ ਬਦਨਾਮੀ, ਇੱਥੋਂ ਗਈਆਂ ਮੱਝਾਂ ਦੀ ਬਦਨਾਮੀ, ਵੀ ਆਰਫਾਲ 'ਚੋਂ ਮੱਝ ਆਈ ਸੀ ਅਤੇ ਉਹਨੇ ਦੁੱਧ ਨਹੀਂ ਕੀਤਾ। ਜੇਕਰ ਮੱਝ ਹੀ ਸ਼ੇਖੂਪੁਰ ਦੀ ਹੋਏ ਤਾਂ ਆ ਸਾਡੇ ਕੋਲ ਇੱਥੇ ਜਾਏ। ਗੜਵਾ ਇੱਧਰ ਦਿਖਾ ਦੇਣਾ ਜ਼ਰਾ, ਆ ਜੀ ਭਾਂਡਾ ਵੇਖ ਲਓ। ਗੱਲ ਕਰਦੇ ਪਏ ਸੀ ਕਿ ਵਾਪਸੀ ਵਾਲੀ ਮੱਝ ਹੋਏ ਉਹ ਦੁੱਧ ਨਹੀਂ ਕਰਦੀ। ਜਿਹੜੀ ਮੱਝ ਇੱਥੋਂ ਦਾ ਜੰਮਪਾਲ ਆ, ਚੋਣ ਮੱਝ ਦਾ ਮਾਸ਼ਾਅੱਲਾ ਬੜਾ ਮੋਟਾ ਜੀ। ਮੈਂ ਉਸ ਸਾਈਡ 'ਤੇ ਹੁੰਦਾ, ਜ਼ਰਾ ਖਿਆਲ ਕਰੀ, ਮੈਂ ਉਸ ਸਾਈਡ 'ਤੇ ਹੋ ਜਾ, ਮੱਝ ਡਰਦੀ ਤਾਂ ਨਹੀਂ। ਲਓ ਜੀ ਬੜਾ ਚੁਆ ਮਾਸ਼ਾਅੱਲਾ ਮੋਟਾ ਜੀ ਮੱਝ ਨੂੰ। ਜਿਹੜੀਆਂ ਫਿਰ ਵਾਪਸੀ ਵਾਲੀਆਂ ਮੱਝਾਂ ਹੁੰਦੀਆਂ ਬਾਖੜੀਆਂ, ਉਹ ਦੁਬਾਰਾ ਦੁੱਧ ਨਹੀਂ ਕਰਦੀਆਂ। ਅਗਰ ਸਾਡੇ ਕੋਲ ਲਵੋ, ਕਿਸੇ ਕੋਲ ਵੀ ਲਵੋ, ਇਸ ਚੀਜ਼ ਨੂੰ ਮੱਦੇਨਜ਼ਰ ਜ਼ਰੂਰ ਰੱਖਣਾ ਕਿ ਮੱਝ ਵਾਪਸੀ ਵਾਲੀ ਨਾ ਹੋਏ। ਉਹ ਜਿਹੜਾ ਮੱਝਾਂ ਉਹਨੂੰ ਬੰਦਾ ਸਮਝਦਾ, ਜਿਹੜਾ ਸ਼ੌਕ ਕਰਦਾ, ਉਹ ਮੱਝ ਤਿਆਰ ਹੋਈ ਦੁਬਾਰਾ ਜਾ ਕੇ ਵੇਖਦੀ, ਉਹ ਬੰਦਾ ਵੇਖਦਿਆਂ ਸਾਰ ਪਤਾ ਲੱਗ ਜਾਂਦਾ ਕਿ ਇਹ ਮੱਝ ਵਾਪਸੀ ਵਾਲੀ ਆ। ਇਸ ਚੀਜ਼ ਦਾ ਖਿਆਲ ਕਰਨਾ ਅਤੇ ਇਨਸ਼ਾਅੱਲਾ ਉਮੀਦ ਆ। ਐਂ ਜੀ ਭਾਈ ਜੀ ਮਾਈ ਜੀ ਅਗਾੜੀ ਚੱਕੀ ਜ਼ਰਾ, ਇਹ ਤਕਰੀਬਨ 1.5 ਕਿਲੋ ਹੋਏਗੀ, ਥੋੜ੍ਹੀ ਥੋੜ੍ਹੀ ਹੋਈ ਨਾ ਜੀ। ਜੇਕਰ ਕਿਸੇ ਭਰਾ ਨਾਲ ਸਾਡਾ ਸੌਦਾ ਹੋਵੇ, ਇਹਦੀਆਂ 2 ਚੁਆਈਆਂ ਲਾ ਵੀ ਦਿਆਂਗੇ ਅਤੇ ਇਹਦੀ ਗੜਵੀ ਮਾਰ ਕੇ ਦੁੱਧ ਦਿਆਂਗੇ। ਵਾਪਸੀ ਬਾਖੜੀ ਦੀ ਗੱਲ ਕਰਦੇ ਪਏ ਸੀ ਕਿ ਅਗਰ ਉੱਧਰੋਂ ਮੱਝ ਆਉਂਦੀ ਹੈ, ਮੱਝ ਸ਼ੇਖੂਪੁਰ ਦੀ ਆ ਕੇ ਲਾਹੌਰ ਰਹੇ, ਲਾਹੌਰੋਂ ਫਿਰ ਵਾਪਸ ਇੱਧਰ ਹੀ ਆਉਣੀ ਨਾ, ਮੱਝ ਫੈਸਲਾਬਾਦ ਦੀ ਲਾਹੌਰ ਆਵੇ ਦੁਬਾਰਾ ਵਾਪਸ ਆਵੇ, ਹੋ ਸਕਦਾ ਉਹਨੇ ਇਹ ਸਾਡਾ ਇਲਾਕਾ ਨਸੀਬ ਹੋ ਜਾਵੇ ਆਰਫ ਵਾਲਾ, ਫਿਰ ਉਹ ਮੱਝ ਨੇ ਵਾਪਸ ਹੋ ਕੇ ਮੁੱਲ 'ਤੇ ਆਪਣਾ ਵੱਟ ਜਾਏਗੀ, ਲੇਕਿਨ ਆਰਫ ਵਾਲੇ ਜੀ ਹੋ ਕੇ ਵਿਕੇਗੀ, ਧੋਖਾ ਹੋ ਜਾਣਾ ਜਿਹਨੇ ਵੀ ਕਿਸੇ ਨੇ ਲੈ ਕੇ ਜਾਣਾ। ਇੱਥੋਂ ਦੀ ਮੱਝ ਦਾ ਲਾਮ ਬੜੀ ਹੁੰਦੀ ਦੁੱਧ ਦੀ, ਇਨਸ਼ਾਅੱਲਾ ਉਹ ਦਿੰਦੀਆਂ ਕੋਈ ਸਾਲ ਸਾਲ ਦੁੱਧ, 5-5, 6-6 ਮਹੀਨੇ ਬਣਦੀਆਂ ਨਹੀਂ, 5-6 ਮਹੀਨੇ ਬਣਨ ਤੋਂ ਬਾਅਦ ਮੱਝਾਂ ਜਿਹੜੀ ਆਰਫਲ ਦੀ ਖਾਸ ਮੱਝ ਆ ਉਹਦੀ ਇਹ ਤਾਰੀਫ ਆ ਕਿ ਉਹ ਨਾ ਆਪਣੇ ਦੁੱਧ ਤੋਂ ਨਹੀਂ ਜਾਏਗੀ, ਬਣਨ ਤੋਂ ਬਾਅਦ ਵੀ ਉਹ ਦੁਆਏ ਦੁੱਧ ਜਿਹੜਾ ਆਪਣਾ ਉਹ ਬਰਕਰਾਰ ਰੱਖੇਗੀ, ਨਾ ਕਿ ਗੱਭਣ ਹੋਣ ਤੋਂ ਬਾਅਦ 2 ਜਾਂ 3 ਮਹੀਨੇ ਬਾਅਦ ਉਹ ਆਪਣਾ ਦੁੱਧ ਤੋਂ ਜਾਲ ਦੇ। ਉਹ ਮੱਝ ਜਿਹੜੀ ਰਾਵੀ ਦੇ ਗੜੇ ਆ ਉਹਨਾਂ ਦੀ ਇਹ ਸਿਆਣੇ ਬੰਦੇ ਦੱਸਦੇ ਉਹ ਦੁੱਧ ਨਹੀਂ ਆ ਬਣਨ ਤੋਂ ਬਾਅਦ ਥੋੜ੍ਹੀ ਜਿਹੀ ਦੇਰ ਹੀ। ਅਤੇ ਇਸ ਮੱਝ ਦੀ ਤਾਰੀਫ ਆਰਫਲ ਦੀ ਗਵਾਲ ਦੇ ਵਿੱਚ ਜਾਂ ਹਰ ਜਿੱਥੇ ਵੀ ਹੈ, ਇਹ ਮੱਝ ਗੱਭਣ ਹੋਣ ਤੋਂ ਬਾਅਦ ਵੀ ਐਂਡ ਤੱਕ ਕੋਈ 7ਵੇਂ ਮਹੀਨੇ ਕੋਈ 8ਵੇਂ ਮਹੀਨੇ, ਅਤੇ ਕਈ ਕਈ ਐਸੀਆਂ ਮੱਝਾਂ ਵਾ ਉਹ ਇਨਸ਼ਾਅੱਲਾ ਭੱਜਦੀਆਂ ਹੀ ਨਹੀਂ, ਆਪਣੀ ਮਰਜ਼ੀ ਨਾਲ ਛੱਡ ਦਿਓ ਤਾਂ ਛੱਡ ਦਿਓ, ਮੱਝ ਭੱਜੇਗੀ ਨਹੀਂ। ਇੱਕ ਨਹੀਂ ਬੜੀਆਂ ਮੱਝਾਂ ਐਸੀਆਂ ਵੇਖੀਆਂ ਕਿ ਉਹਨਾਂ ਦੇ ਉੱਧਰੋਂ ਸੂਣ ਦਾ ਟਾਈਮ ਨੇੜੇ ਲੱਗਿਆ ਹੁੰਦਾ ਅਤੇ ਉੱਧਰੋਂ ਦੁੱਧ ਵੀ ਦੇ ਰਹੀਆਂ ਹੁੰਦੀਆਂ।
मिनट मारो ये ज़रा। बच्चे को हवा छोड़ दिया जी। कट्टी माशाल्लाह मज मगर बड़ी खूबसूरत है। चोन माशाल्लाह मैंने बहुत प्यारा है। बंदे फिर जा नहीं उन्नी क्योंकि जिन्ना को टिल मार के चो सकता। ये कोई तरीफ नहीं, इंशाल्लाह मैं उनका तिना मिनटा मज चो के बच्चे की होनी भांडे से। एक किन्ने किलो का बर्तन है जी? है 9 किलो। 9 किलो च दुध पैंदा जी। है जी गड़बा 9 किलो का चेक समेत। ये जिन्ना भी है हूँ झूठता अभी कोई आलमिया नहीं है। तो मीह का भी 6 किलो दुध होना, गड़बी मार के 6 किलो दुध होना। तो थाना च भी माशाल्लाह दुध बाबा छड़ता वा। उम्मीद करने कि दोस्त भरा साड़ी वीडियो लाइक करे तो पसंद करे तो यारा दोस्तों शेयर करे। इस तरह दी इंशाल्लाह वीडियो मिलया करनी है। मैं डर रही थी नहीं तो मैं अपने भरावान चो के वहानी सी। बच्चे का गुजारा भी ठीक ठाक दो छड़िया। तो टोटल दुध कितना कर देंदी है? 2 टाइम का मसलन अज कि दिन सूई नू? अज मैं 7वां दिन सूई नू। मालक का कहना जी 16 किलो पौकू कड़वी मार ले 2 टाइम की। हाँ जी क्यों अफसर? हाँ भुआ को कड़वी मार लवे जी। तो यदा को प्यार मुहबत वाला मुल इधर मूँह करके जरा प्यारा जहा छोटा जहा ज़्यादा नहीं करना। 280 ज़्यादा यार को थोड़ा जहा कि खुले दिल ना दस दे जरा। भाई उन्हें कहते हैं 70 दी। चलो कोई मिनतरला करके 10,000 का होर को तरला करा। इंशाल्लाह उम्मीद करने हैं कि साढ़े भरावों को वीडियो पसंद आएगी। तो जे साढ़े भरावों को पसंद आए साढ़े नंबर से राबता करो। नंबर साढ़ा 0356-5523-5555 यही व्हाट्सएप यही ईमेल नंबर। नेक्स्ट वीडियो मिलने हैं। अल्लाह हाफज़। पाकिस्तान जिंदाबाद।